ਰਿਸ਼ਵਤਖੋਰੀ ਤਾਂ ਹਿੰਦੁਸਤਾਨ ਵਿੱਚ ਇੱਕ ਆਮ ਗੱਲ ਬਣ ਗਈ ਹੈ, ਜਿਸ ਤੋਂ ਬਿਨਾਂ ਸਰਕਾਰੀ ਗੈਰ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੰਮਕਾਜ ਨਹੀਂ ਹੁੰਦਾ। ਪਰ ਇਸ ਬਿਮਾਰੀ ਨੂੰ ਵਧਾਉਣ ਵਾਲੇ ਅਸੀਂ ਲੋਕ ਹੀ ਹਾਂ। ਕਦੇ ਇਸ ਦੇ ਵਿਰੁੱਧ ਅਸੀਂ ਆਵਾਜ਼ ਹੀ ਨਹੀਂ ਉਠਾਉਂਦੇ। ਪਰ ਰਾਏਕੋਟ ਤਹਿਸੀਲ ਕੰਪਲੈਕਸ ਵਿੱਚ ਇੱਕ ਵੱਖਰਾ ਉਦਾਹਰਣ ਵੇਖਣ ਨੂੰ ਮਿਲਿਆ। ਵੀਡੀਓ ਇੱਕ ਸਮਾਜ ਸੇਵੀ ਦੀ ਹੈ, ਜੋ ਇੱਕ ਗਰੀਬ ਪਰਿਵਾਰ ਦੀ ਲੜਕੀ ਦੀ ਮੈਰਿਜ ਰਜਿਸਟਰ ਕਰਵਾਉਣ ਆਏ। ਪਰਿਵਾਰ ਤੋਂ ਤਹਿਸੀਲਦਾਰ ਨੇ 5000 ਰੁਪਏ ਦੀ ਰਿਸ਼ਵਤ ਦੇ ਤੌਰ 'ਤੇ ਮੰਗੇ, ਕਿਹਾ ਕਿ ਫਿਰ ਮੈਰਿਜ ਰਜਿਸਟਰ ਹੋਵੇਗੀ। ਪਰਿਵਾਰ ਗਰੀਬ ਸੀ ਅਤੇ ਉਹਨਾਂ ਨੇ ਸਮਾਜ ਸੇਵੀ ਕਾਮਰੇਡ ਦਲਜੀਤ ਕੁਮਾਰ ਗੋਰਾ ਨੂੰ ਆਪਣੀ ਦੁਗਧ ਕਹਾਣੀ ਸੁਣਾਈ। ਤਾਂ ਫਿਰ ਕੀ ਸੀ, ਗੋਰਾ ਕਾਮਰੇਡ ਨੇ ਝੋਲੀ ਅੱਡ ਕੇ ਤਹਿਸੀਲ ਕੰਪਲੈਕਸ ਵਿੱਚ ਹੀ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਕਾਰਵਾਈ ਨਾਲ ਰਿਸ਼ਵਤਖੋਰਾਂ ਤੇ ਨਕੇਲ ਕੱਸੀ ਜਾ ਸਕੇਗੀ। ਸਾਰੇ ਸਾਥੀਆਂ ਨੂੰ ਬੇਨਤੀ ਹੈ, ਤੁਸੀਂ ਸਾਰਿਆਂ ਨੂੰ ਪੈਸੇ ਦੇਣੇ, ਸਾਡੇ ਕੋਲ ਹੈ ਨਹੀਂ ਗਿਆ ਦੇਣ ਨੂੰ। ਆਹ ਦੋ ਹੀ ਸਾਡੇ ਕਰਿਆ ਸਾਹਿਬ, ਦੋ ਹੀ ਦੋ ਕਰਿਆ ਸਾਹਿਬ, ਆਹ ਦੋ ਹੀ ਸਾਥੀ ਸਾਹਿਬ ਨੂੰ ਪੈਸੇ ਦੇਣੇ ਆ, ਰਿਸ਼ਵਤ ਸਾਡੇ ਕੋਲ ਹੈ ਨਹੀਂ ਯਾਰ। ਇੱਕ ਤਾਂ ਅਸੀਂ ਕੁੜੀ ਵਿਆਹੀ, ਉੱਤੋਂ ਜਾਣ ਪੈਸੇ ਦੇਈਏ ਮੈਰਿਜ ਰਜਿਸਟਰ ਕਰਾਉਣ ਵਾਸਤੇ, ਪਾ ਉਹ ਹੀ ਸਾਥੀ ਨਾਲ ਦਾਦਾ ਬੀਬੀ ਵੀ ਯਾਰ ਦੇ ਦੋ ਯਾਰ, ਐਂ ਨਾ ਕਰੋ, ਤਹਿਸੀਲਦਾਰ ਬਹੁਤ ਚਾਹ ਡਾਕੂ ਆਇਆ, ਹੁਣ ਕੀ ਕਰੀਏ, ਕਿੱਥੋਂ ਕਰੀਏ। ਗਰੀਬ ਬੰਦੇ ਆਏ ਨੇ, ਉਹਨਾਂ ਦੀ ਕਰਤਨ ਬਿੰਜੀ ਹੋ ਗਈ ਹੈ, ਉਹਨੂੰ ਛੁੱਟੀ ਕਰਾਉਣੀ ਹੈ ਪੈਸੇ ਨਾਲ। ਸਾਡਾ ਘਰ ਦਾ ਗੁਜ਼ਾਰ ਚੱਲਦਾ ਨਹੀਂ, ਉਹਦੀ ਕਰਦਨ ਬਿੰਗ ਹੋ ਗਈ, ਟੇਡਾ ਦਰਦਾ, ਉਹਦੀ ਹੋ ਗਈ ਕਰਦਨ ਬਿੰਗੀ, ਤਹਿਸੀਲਦਾਰ ਦੀ ਕਰਦਨ ਬਿੰਗ ਹੋ ਗਈ, ਕਹਿੰਦਾ ਛੁੱਟੀ ਕਰਾਉਣੀ ਹੈ ਆਪਰੇਸ਼ਨ। ਲਓ ਜੀ ਲਓ ਜੀ ਲਓ ਜੀ, ਗਰਿਆ ਸਾਹਿਬ ਤੁਸੀਂ ਫੇਰ ਅੜ ਕੇ ਕਰਦੇ ਕਰਦੇ, ਇਹ ਤਹਿਸੀਲਦਾਰ ਸਾਹਿਬ ਦੀ ਕਰਦਨ ਬਿੰਗ ਹੋ ਗਈ, ਸਿੱਧੀ ਵਾਸਤੇ ਪੈਸੇ ਦੇਣੇ ਆਪਾਂ ਕੱਠੇ ਕਰਕੇ ਸਾਰੇ ਸਾਥੀਆਂ ਨੂੰ। ਸਾਥੀ ਹੋਰ ਬੜਾ ਬੇਟੇ, ਖੂਨ ਲਾ ਕੇ ਬੰਦੇ ਨੂੰ ਬੁਲਾਓ, ਪੈਸੇ ਥੋੜੇ ਘੱਟ ਗਏ, ਆਪਾਂ ਪੂਰੇ ਕਰੀਏ।